ਦੋਸਤੋ ਇੰਡੀਅਨ ਸਿਨੇਮਾ ਦੀ ਸ਼ੁਰੂਆਤ ਰਾਜਾ ਹਰੀਸ਼ ਚੰਦਰਾ ਫਿਲਮ ਤੋਂ ਹੋਈ ਸੀ ਜਿਹਨੂੰ ਕਿ ਦਾਦਾ ਸਾਹਿਬ ਫਾਲਕੇ ਨੇ ਬਣਾਇਆ ਸੀ ਤੇ ਉਦੋਂ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਸਭ ਤੋਂ ਵੱਡਾ ਚੈਲੰਜ ਉਹਨਾਂ ਲਈ ਆਪਣੀ ਫਿਲਮ ਦੇ ਲਈ ਫੀਮੇਲ ਐਕਟਰੈਸ ਨੂੰ ਲੱਭਣ ਦਾ ਸੀ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਫਿਲਮ ਵਿੱਚ ਕੋਈ ਐਕਟਰੈਸ ਕੰਮ ਕਰੇ ਪਰ ਕੋਈ ਵੀ ਔਰਤ ਉਸ ਟਾਈਮ ਫਿਲਮ ਵਿੱਚ ਕੰਮ ਕਰਨ ਲਈ ਰਾਜ਼ੀ ਨਹੀਂ ਹੋਈ ਸੋ ਦੋਸਤੋ ਭਾਰਤ ਦੀ ਪਹਿਲੀ ਐਕਟਰੈਸ ਔਰਤ ਨਹੀਂ ਬਲਕਿ ਆਦਮੀ ਸੀ ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਸ ਟਾਈਮ ਵਿੱਚ ਵਿਮੈਨ ਲਈ ਫਿਲਮਾਂ ਵਿੱਚ ਕੰਮ ਕਰਨਾ ਕਿੰਨਾ ਮੁਸ਼ਕਿਲ ਸੀ ਪਰ ਫਿਰ ਵੀ ਕੁਝ ਔਰਤਾਂ ਐਵੇਂ ਦੀਆਂ ਸੀ ਜਿਨ੍ਹਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਣੇ ਸੁਪਨੇ ਪੂਰੇ ਕੀਤੇ ਅਤੇ ਜਿਸ ਨਾਲ ਇੰਡੀਅਨ ਸਿਨੇਮਾ ਵਿੱਚ ਇੱਕ ਰੈਵੋਲਿਊਸ਼ਨ ਆ ਗਿਆ ਸੀ ਸੋ ਅੱਜ ਮੈਂ ਗੱਲ ਕਰਾਂਗੀ ਉਹਨਾਂ ਵਿਮੈਨਸ ਦੇ ਬਾਰੇ ਜਿਨ੍ਹਾਂ ਨੇ ਇੰਡੀਅਨ ਸਿਨੇਮਾ ਵਿੱਚ ਸਭ ਤੋਂ ਪਹਿਲੀ ਵਾਰ ਐਜ਼ ਅ ਪ੍ਰੋਡਿਊਸਰ ਐਜ਼ ਅ ਐਕਟਰੈਸ ਵਰਕ ਕੀਤਾ ਸੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹ ਫੀਮੇਲ ਐਕਟਰੈਸ ਦੇ ਬਾਰੇ ਜੋ ਕਿ ਇੰਡੀਅਨ ਸਿਨੇਮਾ ਦੀ ਸਭ ਤੋਂ ਪਹਿਲੀ ਐਕਟਰੈਸ ਸੀ ਇਹ ਐਕਟਰੈਸ ਦਾ ਨਾਮ ਹੈ ਦੁਰਗਾਬਾਈ ਕਮਾਤ ਦੋਸਤੋ ਦੁਰਗਾਬਾਈ ਕਮਾਤ ਇੰਡੀਅਨ ਸਿਨੇਮਾ ਦੀ ਫਸਟ ਫੀਮੇਲ ਐਕਟਰੈਸ ਹੈ ਇਹਨਾਂ ਨੇ ਦਾਦਾ ਸਾਹਿਬ ਫਾਲਕੇ ਦੀ ਦੂਸਰੀ ਫਿਲਮ ਮੋਹਿਨੀ ਭਾਸਮਸੂਰ ਵਿੱਚ ਐਜ਼ ਐਨ ਐਕਟਰੈਸ ਵਰਕ ਕੀਤਾ ਸੀ ਹੁਣ ਗੱਲ ਕਰਾਂਗੇ ਇੰਡੀਅਨ ਸਿਨੇਮਾ ਦੀ ਫਸਟ ਫੀਮੇਲ ਡਾਇਰੈਕਟਰ ਦੇ ਬਾਰੇ ਇਹ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਜੀ ਹਾਂ ਇੰਡੀਅਨ ਸਿਨੇਮਾ ਦੀ ਫਸਟ ਫੀਮੇਲ ਡਾਇਰੈਕਟਰ ਦਾ ਨਾਮ ਹੈ ਫਾਤਿਮਾ ਬੇਗਮ ਜੋ ਕਿ ਪਹਿਲਾਂ ਸਟੇਜ ਐਕਟਰੈਸ ਸੀ ਫਾਤਿਮਾ ਬੇਗਮ ਨੇ ਫਾਤਿਮਾ ਨਾਮ ਤੋਂ ਆਪਣੀ ਫਿਲਮ ਕੰਪਨੀ ਖੋਲ੍ਹ ਲਈ ਸੀ ਉਹਨਾਂ ਦੀ ਪਹਿਲੀ ਫਿਲਮ ਬੁਲਬੁਲ ਏ ਪਰਿਸਤਾਨ 1926 ਵਿੱਚ ਰਿਲੀਜ਼ ਹੋਈ ਸੀ ਦੋਸਤੋ ਇੰਡੀਅਨ ਸਿਨੇਮਾ ਦੀ ਫਸਟ ਫੀਮੇਲ ਮਿਊਜ਼ਿਕ ਡਾਇਰੈਕਟਰ ਜੱਦਨਬਾਈ ਹੈ ਉਸ ਟਾਈਮ ਵਿੱਚ ਉਹ ਬਹੁਤ ਮਸ਼ਹੂਰ ਸੀ ਜੇਕਰ ਗੱਲ ਕਰੀਏ ਲੈਜੈਂਡਰੀ ਐਕਟਰੈਸ ਨਰਗਿਸ ਦੱਤ ਦੀ ਤਾਂ ਨਰਗਿਸ ਦੱਤ ਜੱਦਨਬਾਈ ਦੀ ਡਾਟਰ ਸੀ ਆਮ ਤੌਰ 'ਤੇ ਤੁਸੀਂ ਫਿਲਮਾਂ ਵਿੱਚ ਸਟੰਟ ਕਰਦੇ ਹੋਏ ਮੇਲ ਐਕਟਰਸ ਨੂੰ ਹੀ ਦੇਖਿਆ ਹੋਵੇਗਾ ਪਰ ਇੰਡੀਅਨ ਸਿਨੇਮਾ ਦੀ ਫੇਅਰਲੈਸ ਫੀਮੇਲ ਐਕਟਰੈਸ ਦਾ ਨਾਮ ਹੈ ਨਾਦੀਆ ਜੋ ਕਿ ਇੰਡੀਅਨ ਸਿਨੇਮਾ ਦੀ ਫਸਟ ਸਟੰਟ ਵਿਮੈਨ ਐਕਟਰੈਸ ਸੀ ਵੈਸੇ ਨਾਦੀਆ ਆਸਟ੍ਰੇਲੀਆ ਦੀ ਬੋਰਨ ਸੀ ਪਰ ਆਪਣੇ ਅਮੇਜ਼ਿੰਗ ਸਟੰਟਸ ਕਰਕੇ ਉਹਨਾਂ ਨੂੰ ਉਸ ਟਾਈਮ ਵਿੱਚ ਸਟੰਟ ਵਿਮੈਨ ਕਿਹਾ ਜਾਂਦਾ ਸੀ ਸੋ ਡੋਂਟ ਅੰਡਰ ਐਸਟੀਮੇਟ ਦ ਪਾਵਰ ਆਫ ਅ ਵੁਮੈਨ ਫੋਰ ਮੋਰ ਐਕਸਾਈਟਿੰਗ ਅਪਡੇਟਸ ਕੀਪ ਵਾਚਿੰਗ ਸਟਾਰ ਕੈਨੇਡਾ ਟੀਵੀ ਬਾਏ